ਸਰੂਪ ਰੱਬ ਦਾ ਸਰੂਪ ਭਾਲ ਦਿਓ ਕਿਵੇਂ ਭਾਲ ਦਿਓ ਜਿੱਥੋਂ ਮਿਲਦਾ ਵੇ ਰੱਬ ਦਾ ਕੀ ਸਰੂਪ ਹੈ ਬਾਣੀ ਕੀ ਲਿਖਿਆ ਹੈ ਰੱਬ ਨੇ ਅਬਦ ਪ੍ਰੀਤ ਮੈਨੂੰ ਬਾਣੀ ਚੋਂ ਰੱਬ ਦਾ ਸਰੂਪ ਦਰਸਾਇਆ ਨਾ ਉਹ ਮੈਨੂੰ ਸਭ ਤੋਂ ਚੰਗਾ ਉਹ ਨਾ ਮੇਰੇ ਹਿਰਦੇ ਨੂੰ ਚੁੱਕਣ ਵਾਲਾ ਲਿਖਿਆ ਬਾਣੀ ਜੀ ਲਿਖਿਆ ਮਤਲਬ ਉਹ ਕੀ ਸਰੂਪ ਦੱਸਿਆ ਹੈ ਰੱਬ ਦਾ ਅਬਦ ਪ੍ਰੀਤਮ ਪ੍ਰੀਤਮ ਕਹਿੰਦੇ ਪਿਆਰ ਕਰਨ ਵਾਲੇ ਨੂੰ ਉਹ ਮਾੜਾ ਮੋਟਾ ਪਿਆਰ ਕਰਨ ਵਾਲਾ ਲਵਰ ਨਹੀਂ ਹੈ ਉਹ ਤਾਂ ਅੱਤ ਦਾ ਹੈ ਮੈਕਸੀਮਮ ਪ੍ਰੀਤਮ ਬਾਣੀ ਦੱਸਦੀ ਹੈ ਅਸੀਂ ਰੋਜ਼ ਹੈ ਗਾਉਣ ਵਾਲੇ ਕੇ ਕੀਰਤਨ ਵਾਲੇ ਗਾ ਛੱਡਦੇ ਤੇ ਪੜ੍ਹਨ ਵਾਲੇ ਪੜ੍ਹ ਛੱਡਦੇ ਪਰ ਕਿਸੇ ਨੇ ਸੁਣੋ ਕਿ ਕਿਸੇ ਦੇਖਿਆ ਹੈ ਅੱਤ ਪ੍ਰੀਤਮ ਉਹ ਦੂ ਵੱਡਾ ਕੋਈ ਪਿਆਰ ਕਰਨ ਵਾਲਾ ਹੈ ਨਹੀਂ ਉਹ ਜਿੰਨੇ ਮਾਂ ਪਿਆਰ ਹੈ ਭੈਣ ਭਰਾ ਦੇ ਪਿਆਰ ਹੈ ਇਸਦੀ ਮਰਦਾ ਪਿਆਰ ਹੈ ਉਸਦੀ ਕ੍ਰਿਸ਼ਮੇ ਹੈ ਰਿਫਲੈਕਸ਼ਨ ਮਾਤਰ ਹੈ ਉਹ ਪੂਰਨ ਪਿਆਰ ਨਹੀਂ ਹੈ ਪੂਰਨ ਦਾ ਰੱਬ ਦਾ ਹੀ ਪਿਆਰ ਹੈ ਮੇਰੇ ਅੰਦਰ ਜਿਹੜਾ ਅਸਰ ਕੀਤਾ ਹੈ ਬਾਣੀ ਨੇ ਇਸ ਦੁੱਖ ਨੇ ਅੱਤ ਪ੍ਰੀਤਮ ਹੈ ਇਸਦਾ ਪ੍ਰੀਤਮ ਹੁੰਦਾ ਜਾਂ ਅੱਤ ਦਾ ਪ੍ਰੀਤਮ ਉਹ ਅੱਤ ਦਾ ਪ੍ਰੀਤਮ ਅੱਤ ਪ੍ਰੀਤਮ ਮਨ ਮੋਹਨਾ ਉਹ ਹੈ ਜੇ ਪ੍ਰੀਤ ਮੇਰੇ ਮਨ ਨੂੰ ਮੋਹ ਲਿਆ ਹੁਣ ਮੈਂ ਕਿਤੇ ਹਿੱਲਣ ਤੋਂ ਕਰ ਨਹੀਂ ਗਿਆ ਅੱਤ ਪ੍ਰੀਤਮ ਮਨ ਮੋਹਨਾ ਤੇ ਹੈ ਜਾ ਕਿੱਥੋਂ ਲੱਭੀਏ ਰੱਬ ਉਹ ਕਿੱਥੇ ਪਾਣਾ ਚਾਹੇ ਦਰਿਆਵਾਂ ਚਾਹੇ ਗੰਦਰਾਂ ਚ ਗੁਰਦੁਆਰਾ ਚ ਮਸੀਤਾਂ ਚ ਕਿੱਥੇ ਹੈ ਰੱਬ ਹੈ ਜਾ ਓਏ ਘੱਟ ਸੋਹਣਾ ਤੁਹਾਡੇ ਅੰਦਰ ਵੱਸਦਾ ਹੈ ਨਹੀਂ ਮੇਰਾ ਪ੍ਰਾਣ ਅਧਾਰਾ ਹੈ ਮੈਂ ਤਾਂ ਉਹਦੇ ਬਿਨਾਂ ਜਿਉਂ ਨਹੀਂ ਸਕਦਾ ਮੇਰਾ ਪ੍ਰਾਣ ਅਧਾਰਾ ਹੈ ਕਿੱਥੇ ਰੱਬ ਨੂੰ ਲੱਭਦੇ ਫਿਰ ਚੰਦਰਾਂ ਚ ਹੋਰ ਨਹੀਂ ਰੱਬ ਦਾ ਸਰੂਪ ਗੁਰੂ ਨਾਨਕ ਮੈਨੂੰ ਬਹੁਤ ਚੰਗਾ ਲੱਗਿਆ ਮੈਨੂੰ ਟਾਈਟਲ ਦਿੱਤਾ ਗੁਰੂ ਸਾਹਿਬ ਨੇ ਕੀ ਟਾਈਟਲ ਹੈ ਉਹ ਮਹਿਸੂਸ ਕਰਕੇ ਦਿੱਤਾ ਹੈ ਮੈਂ ਮਹਿਸੂਸ ਕੀਤਾ ਪ੍ਰੇਮ ਪੁਰਖ ਉਹ ਪੁਰਖ ਹੈਗਾ ਪ੍ਰੇਮ ਦਾ ਬਣਿਆ ਹੋਇਆ ਐਂਬੋਡੀਮੈਂਟ ਆਫ ਲਵ ਪਿਆਰ ਦਾ ਮੁਜੱਸਮ ਹੈ ਉਹ ਹੈ ਹੀ ਪਿਆਰ ਹੋਰ ਉਹਦੇ ਚ ਕੁਛ ਨਹੀਂ ਹੈ ਬਾਕੀ ਪਿਆਰ ਪਿਆਰ ਹੀ ਪਿਆਰ ਹੈ ਸੂਰਜ ਰੋਸ਼ਨੀ ਦਾ ਮੁਜੱਸਮ ਹੈ ਰੱਬ ਨਿਰਾ ਹੀ ਪਿਆਰ ਹੈ ਇਹ ਜੀ ਕੀ ਕਰਦੇ ਫਿਰਦੇ ਹੈ ਕਿੱਥੇ ਲੱਭਦੇ ਫਿਰਦੇ ਹੈ ਨਫ਼ਰਤਾਂ ਜੀ ਇਰਖਾ ਤੋਂ ਹੈ ਕਿੱਥੇ ਮੇਰਾ ਹੀ ਪਿਆਰ ਹੈ ਜੇਕਰ ਤੁਸੀਂ ਸਤਸੰਗ ਜਾ ਕੇ ਜੇ ਤੁਹਾਨੂੰ ਪਿਆਰ ਦੀ ਛੋਹ ਨਾ ਮਿਲੇ ਤਾਂ ਤੁਹਾਡਾ ਉਹ ਸਤਸੰਗ ਤਾਂ ਤੁਸੀਂ ਕੁਛ ਨਹੀਂ ਕਰ ਲਿਆ ਪਿਆਰ ਦੀ ਛੋਹ ਲੱਗਦੀ ਹੈ ਪਿਆਰ ਕਿੱਥੋਂ ਮਿਲਦਾ ਵੇ ਕਿਤੇ ਵਿਕਦਾ ਹੈ ਕਿਤਾਬਾਂ ਪੜ੍ਹ ਕੇ ਮਿਲਦਾ ਹੈ ਹੁਣ ਰੱਬ ਦੇ ਸਮਾਂ ਆ ਰਿਹਾ ਤੇਰੇ ਅੰਦਰ ਹੈ ਲਬਲਾ ਸ਼ਬਦ ਕੀ ਹੈ ਸਰੂਪ ਕੀ ਹੈ ਪਿਆਰ ਸਰੂਪ ਹੈ ਪ੍ਰੇਮ ਪੁਰਖ ਹੈ ਪ੍ਰੇਮ ਪੁਰਖ ਮਤਲਬ ਇਹ ਹੈ ਕਿ ਪਿਆਰ ਸਾਰਾ ਉਸੇ ਤੋਂ ਹੀ ਸੋਰਸ ਹੈ ਉਸੇ ਵਿੱਚੋਂ ਪਿਆਰ ਨਿਕਲਿਆ ਹੈ ਦੁਨੀਆਂ 'ਚ ਮਾਂ ਦੇ ਪਿਆਰ ਮਾਂ ਦੇ ਪਿਆਰ ਇੱਥੇ ਜਿਹੜਾ ਪਿਆਰ ਆਉਂਦਾ ਉਸੇ ਦਾ ਰਿਫਲੈਕਸ਼ਨ ਹੈ ਭੈਣ ਭਰਾਵਾਂ ਦਾ ਪਿਆਰ ਹੈ ਉਸੇ ਦਾ ਰਿਫਲੈਕਸ਼ਨ ਹੈ ਉਹ ਸੋਮਾ ਹੈ ਪਿਆਰ ਦਾ ਜੋ ਹੈ ਘੱਟ ਤੋਂ ਬਿਨਾਂ ਜਦੋਂ ਦਿਸ ਪੈਂਦਾ ਤਾਂ ਫਿਰ ਕੀ ਹੈ ਮਨ ਮੋਹੇ ਨਾ
ਫਿਰ ਪਿੰਗਲਾ ਹੋ ਜਾਂਦਾ ਮਨ ਕਰੇ ਵੀ ਮਨ ਨੀ ਲੱਗਦਾ, ਉਹ ਮਨ ਕਿੱਥੋਂ ਲੱਗੇ, ਤੁਹਾਡੇ ਤਾਂ ਪਿਆਰ ਹੈ ਨਾ ਬੱਚਿਆਂ ਨਾਲ ਹੈ ਨਾ ਮਾਇਆ ਨਾਲ ਹੈ ਘਰਾਂ ਨਾਲ ਹੈ ਸਰੀਰ ਨਾਲ ਪਿਆਰ ਹੈ ਤੁਹਾਨੂੰ ਰੱਬ ਕਿੱਥੋਂ ਦਿਸੇ। ਤੇ ਫਿਰ ਜੋ ਦਰਸ਼ਨ ਹੋਏ ਤੇ ਫਿਰ ਸੁੱਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਨ ਮਤ ਹੈ ਕਿਆ ਤਮਾਸ਼ਾ ਬਣਾਇਆ ਹੋਇਆ ਸੀ ਰੱਬ ਨੇ ਰਾਮ ਖਲਾਉਣਾ ਜਾਣਾ ਸਾਰੇ ਛੱਡ ਕੇ ਆਈਆਂ ਨੇ ਸਾਰਾ ਨੇ ਸਾਨੂੰ ਪਿੱਛੇ ਰਸਤੇ ਪਾਇਆ ਬਾਣੀ ਕੋਈ ਨੀ ਸੋਚ ਖੋਜਦਾ ਬਾਣੀ ਤਾਂ ਕਹਿੰਦੀ ਹੈ ਪ੍ਰੇਮ ਪੁਰਖ ਜੇ ਫਿਰ ਉਹ ਲੱਭਣਾ ਤਰੀਕਾ ਤੇ ਮੇਰਾ ਕਿੱਤਾ ਬੜਾ ਸੋਹਣਾ ਦੱਸਿਆ ਹੈ ਬਾਣੀ ਚ ਉਹ ਕਿਵੇਂ ਮਿਲਦਾ ਕਿਵੇਂ ਪ੍ਰੇਮ ਕੀ ਪ੍ਰੇਮ ਕਿਵੇਂ ਕਰਨਾ ਕਿੱਥੋਂ ਮਿਲੇਗਾ ਕਿੱਥੇ ਕਿਹੜੀ ਯੂਨੀਵਰਸਿਟੀ ਕਿਹੜਾ ਸਕੂਲ ਹੈ ਕਿਹੜੀ ਕਿਤਾਬ ਹੈ ਪੜ੍ਹ ਕੇ ਮਿਲੂਗਾ ਨਾ ਬਈ ਇਹ ਤਾਂ ਛੋਟੀ ਗੱਲ ਹੈ ਛੋਟੀ ਗੱਲ ਹੈ ਅੱਖਾਂ ਵਿੱਚੋਂ ਉਹਨਾਂ ਦੀ ਛੋਹ ਵਿੱਚੋਂ ਉਹਨਾਂ ਦੇ ਔੜੇ ਵਿੱਚੋਂ ਉਹਨਾਂ ਦੇ ਵਾਤਾਵਰਨ ਵਿੱਚੋਂ ਉਹਨਾਂ ਦੇ ਵਾਈਬ੍ਰੇਸ਼ਨ ਵਿੱਚੋਂ ਇਹ ਸਾਡਾ ਮਨ ਸਾਫ ਹੁੰਦਾ ਤੇ ਉਹ ਆਪ ਹੀ ਸਾਡਾ ਮਨ ਹੀ ਨਲੀਨ ਹੋਏ ਹੋਏ ਹੈ ਸਾਨੂੰ ਜ਼ੁਕਾਮ ਲੱਗਦਾ ਹੀ ਨੀ ਉਹ ਜਿਨ ਪ੍ਰੇਮ ਕੀ ਹੋ ਤਿੰਨ ਹੀ ਪ੍ਰਭੂ ਪਾਇਓ ਕੋਈ ਫਿਕਰ ਸੀ ਅੱਜ ਸਵੇਰੇ ਮੈਂ ਸੁਣਦਾ ਸੀਗਾ ਬਾਣੀ ਕੀਰਤਨ ਕਰਦਾ ਸੀਗਾ ਸੁਣ ਸੁਣ ਸੋਏ ਤੇ ਵੀ ਉਹਨਾਂ ਦੀ ਸੋਚ ਹੀ ਸੁਣ ਕੇ ਤੇ ਮੈਂ ਵਾਰੇ ਵਾਰੇ ਜਾਣਾ ਉਹਨਾਂ ਦੇ ਸੁਨੇਹੇ ਸੁਣ ਸੁਣ ਮੈਂ ਵਾਰੇ ਜਾਣਾ ਉਹ ਜਿਹਨਾਂ ਨੇ ਕਿਹਨਾਂ ਨੇ ਜਿਹਨਾਂ ਨੇ ਰੱਬ ਨੂੰ ਦੇਖਿਆ ਹੈ ਜਿਹਨਾਂ ਦੇ ਅੰਦਰ ਰੱਬ ਦੀ ਕਣਾ ਪਿਆਰ ਦੀ ਕਣੀ ਹੈ ਉਹ ਗੁਰਬਾਨੇ ਜਾਣ ਜਿਹਨਾਂ ਦੇ ਜੋ ਲੈਣ ਦੀ ਤੇਰਾ ਨਾ ਤੇ ਅਗਲੀ ਤਾਂ ਕੁਝ ਫਿਰ ਆਉਂ ਸਭ ਗੁਰਬਾਨੇ ਜਾਣ ਰੱਬ ਕੀ ਕੀਤਾ ਰੱਬ ਨੂੰ ਅਸੀਂ ਸਮਝੀ ਬੈਠੇ ਹੈ ਤੁਸੀਂ ਕਿਤਾਬਾਂ ਚ ਪੜ੍ਹਦੇ ਹੋ ਇਹਨਾਂ ਗਿਆਨੀਆਂ ਨੇ ਲਿਖੀਆਂ ਹੋਈਆਂ ਕਿਤਾਬਾਂ ਕਿਤਾਬਾਂ ਚ ਨਹੀਂ ਪੜ੍ਹੇ ਲਿਖੇ ਕਿਆ ਚੌਥਾ ਜਨਾ ਮਿਲਿਆ ਸੋਏ ਏਦਾਂ ਸੰਗਤ ਗੁਰੂ ਸਾਹਿਬ ਨੇ ਇਸੇ ਕਰਕੇ ਸੰਗਤ ਬਣਾਈ ਹੋਈ ਸੰਗਤ ਵਿੱਚ ਓਏ ਸੰਗਤ ਵਿੱਚ ਕੋਈ ਕੋਈ ਪਿਆਰ ਵਾਲਾ ਫਰੀਦ ਨੇ ਕਿਹਾ ਬਾਨਵੇਂ ਸਾਲ ਉਮਰ ਹੋ ਗਈ ਸਮਾਧਾਂ ਪਰ ਅੱਗੇ ਮਿਲਿਆ ਕੁਛ ਬਣਾ ਤੇ ਬਾਨਵੇਂ ਸਾਧ ਨੂੰ ਹੌਕਾ ਆਇਆ ਐਵੇਂ ਜ਼ਿੰਦਗੀ ਵਾਲੀ ਰੱਬ ਤਾਂ ਜੇ ਮਿਲਿਆ ਲੌੜੀਓ ਚਾਹੇ 92 ਸਾਲ ਦੀ ਉਮਰ ਵਿੱਚ ਉਹਨੇ ਤੇਰੇ ਵਾਸਤੇ ਹੈ ਭਾਈ ਸਾਰਿਆਂ ਵਾਸਤੇ ਹੈ ਇਹ 92 ਸਾਲ ਦੀ ਉਮਰ ਜੋ ਹੋ ਗਈ ਹੈ ਉੱਠ ਫਰੀਦਾ ਕਰਨ ਕਰ ਦੁਨੀਆਂ ਪਾਲਣ ਜਾ ਦੁਨੀਆਂ ਪਾਲਣ ਜਾ ਕੀ ਕਰਨਾ ਮੈਂ ਤਾਂ ਕੋਈ ਬਖਸ਼ਿਆ ਮਿਲ ਜਾਏ ਤੇ ਤੂੰ ਵੀ ਬਖਸ਼ਿਆ ਜਾਏ ਮੈਂ ਤੇ ਬਖਸ਼ਿਆ ਮਿਲ ਜਾਏ ਭਾਈ ਇਸ ਕਰਕੇ ਇਹ ਬਖਸ਼ਿਆ ਹੋਇਆਂ ਦੀ ਬੜੀ ਕੀਮਤ ਪਾਈ ਹੈ ਬਾਣੀ ਚ ਜਿਹਨੂੰ ਅਸੀਂ ਕਹਿੰਦੇ ਹਾਂ ਸਾਧੀ ਕੋਈ ਨੀ ਸੰਤੀ ਕੋਈ ਨੀ ਬਖਸ਼ਿਆ ਹੋਇਆਂ ਦੀ ਕੀਮਤ ਪਾਈ ਹੈ ਬਾਣ ਸਾਧ ਸੰਗਤ ਦੀ ਨੈਕਸਟ ਆਰਟੀਕਲ ਜਿਹੜਾ ਲਿਖ ਰਿਹਾ ਉਹ ਇਸ ਦਿਨ ਤੋਂ ਹੋਏਗਾ ਸਾਧ ਸੰਗਤ ਆਪਾਂ
ਤੇਨ ਕੀਓ ਤੇ ਨਹੀਂ ਕਰ ਪਾਇਆ ਤੇਨ